ਸੰਗਠਿਤ ਐਕਸ਼ਨ ਕਮੇਟੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵੱਲੋਂ ਮਾਨਸਾ ਜ਼ਿਲ੍ਹੇ ਦੇ SDM ਦੇ ਨਾਲ ਕਾਂਗਰਸੀ ਮਹਿਲਾ ਦੁਆਰਾ ਬਦਸਲੂਕੀ ਅਤੇ ਕਮਰੇ ਵਿੱਚ ਜ਼ਬਰਦਸਤੀ ਬੰਦ ਕਰਕੇ ਰੋਸ ਦੇ ਚੱਲਦੇ ਬਲਾਕ ਲੈਵਲ ਉੱਤੇ ਦਫ਼ਤਰ ਦੇ ਸਾਰੇ ਸੀਨੀਅਰ ਅਫਸਰਾਂ ਦੁਆਰਾ ਇਸ ਮੌਕੇ 'ਤੇ ਧੱਕਾਸ਼ਾਹੀ ਦੇ ਵਿਰੁੱਧ ਲਗਾਇਆ ਗਿਆ ਧਰਨਾ। ਅੱਜ ਬਰਨਾਲੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦਫ਼ਤਰ ਵਿੱਚ ਸੰਗਠਿਤ ਐਕਸ਼ਨ ਕਮੇਟੀ ਪੇਂਡੂ ਅਤੇ ਪੰਚਾਇਤ ਵਿਭਾਗ ਦੇ ਵੱਲੋਂ ADC ਬਰਨਾਲਾ ਦੀ ਅਗਵਾਈ ਦੇ ਚੱਲਦੇ ਬਲਾਕ ਲੈਵਲ ਉੱਤੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਮੌਕੇ ਉੱਤੇ SDO ਬਰਨਾਲਾ, ਪੰਚਾਇਤ ਰਾਜ, DDPO ਬਰਨਾਲਾ, BDO ਬਰਨਾਲਾ ਸਮੂਹ ਦਫ਼ਤਰ, ਸਟਾਫ ਸਮੂਹ ਮਨਰੇਗਾ ਅਤੇ ਦਫ਼ਤਰੀ ਸਟਾਫ ਸ਼ਾਮਿਲ ਹੋਇਆ। ਇਸ ਮੌਕੇ 'ਤੇ ਧਰਨਾ ਪ੍ਰਦਰਸ਼ਨ ਉੱਤੇ ਬੈਠੇ BDPO ਬਰਨਾਲਾ ਨੇ ਦੱਸਿਆ ਹੈ ਕਿ ਜ਼ਿਲ੍ਹਾ ਮਾਨਸਾ ਵਿੱਚ ADC ਦੇ ਨਾਲ ਇੱਕ ਮਹਿਲਾ ਕਾਂਗਰਸੀ ਲੀਡਰ ਨੇ ਬਦਸਲੂਕੀ ਕਰਦੇ ਹੋਏ ਉਹਨਾਂ ਨੂੰ ਕਮਰੇ ਵਿੱਚ ਜ਼ਬਰਦਸਤੀ ਬੰਦ ਕਰਕੇ ਉਹਨਾਂ ਨੂੰ ਜਲੀਲ ਕੀਤਾ, ਜਿਸ ਦੇ ਚੱਲਦੇ ਪੰਜਾਬ ਭਰ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਦੇ ਵੱਲੋਂ ਬਲਾਕ ਲੈਵਲ ਉੱਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜੇਕਰ ਉਸ ਮਹਿਲਾ ਕਾਂਗਰਸੀ ਲੀਡਰ ਉੱਤੇ ਛੇਤੀ ਹੋਈ ਕੋਈ ਕਾਰਵਾਈ ਨਾ ਹੋਈ ਤਾਂ ਇਹ ਧਰਨਾ ਬਲਾਕ ਲੈਵਲ ਤੋਂ ਲਗਾਤਾਰ ਚੱਲਦੇ ਕੱਲ੍ਹ ਜ਼ਿਲ੍ਹਾ ਲੈਵਲ ਉੱਤੇ ਕੀਤਾ ਜਾਵੇਗਾ ਅਤੇ ਅੱਗੇ ਇਸ ਰੋਸ ਨੂੰ ਪੂਰੇ ਪੰਜਾਬ ਲੈਵਲ ਉੱਤੇ ਸੰਘਰਸ਼ ਦਾ ਵੱਡਾ ਰੂਪ ਦਿੱਤਾ ਜਾਵੇਗਾ। ਇਹ ਸਾਡੇ ਮਾਣਯੋਗ ADC ਵਿਕਾਸ ਜੀ ਮਾਨਸਾ, ਉਹਨਾਂ ਨਾਲ ਇੱਕ ਕਾਂਗਰਸੀ ਮਹਿਲਾ ਆਗੂ ਵੱਲੋਂ ਕੀਤੀ ਬਦਸਲੂਕੀ ਦੇ ਰੋਸ ਵਜੋਂ ਇਹ ਧਰਨਾ ਲਾਇਆ ਗਿਆ। ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਸਾਡਾ ਧਰਨਾ ਜਾਰੀ ਰਹੂ। ਕੱਲ੍ਹ ਤੋਂ ਜ਼ਿਲ੍ਹਾ ਪੱਧਰ 'ਤੇ ਧਰਨੇ ਲੱਗਣਗੇ, ਉਦੋਂ ਬਾਅਦ ਮਾਨਸਾ ਵਿਖੇ ਸਾਰਾ ਸਟੇਟ ਲੈਵਲ ਦਾ ਧਰਨਾ ਲਾਇਆ ਜਾਵੇ। ਜਿਹੜਾ ਅੱਜ ਇਸ ਬਲਾਕ ਪੱਧਰ 'ਤੇ ਜੋ ਸਾਨੂੰ ਉੱਪਰੋਂ ਹਦਾਇਤਾਂ ਹੋਈਆਂ ਨੇ ਹੈੱਡ ਆਫਿਸ ਤੋਂ, ਉਹ ਬਲਾਕ ਪੱਧਰ 'ਤੇ ਧਰਨੇ ਲਾਏ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ADCD ਔਰ DDPO, ਜ਼ਿਲ੍ਹਾ ਪ੍ਰੀਸ਼ਦ ਅਤੇ SDO ਅਤੇ ਸਾਰੇ ਹੀ ਜਿੰਨੇ ਵੀ ਕਰਮਚਾਰੀ ਉਹ ਬੈਠ ਕੇ ਰੋਸ ਦੇ ਸੰਬੰਧ ਦੇ ਵਿੱਚ ਧਰਨਾ ਦੇ ਰਹੇ ਨੇ। ਔਰ ਜੋ ਸਰਦਾਰ ਗੁਰਮੀਤ ਸਿੰਘ ਸਿੱਧੂ 'ਤੇ ਜੋ ਮਾਨਸਾ ਵਿਖੇ ਹਮਲਾ ਹੋਇਆ ਹੈ ਅਤੇ ਉਹਨਾਂ ਦੋਸ਼ੀਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਸਾਨੂੰ ਸਾਰੇ ਹੀ ਪੰਜਾਬ ਸਰਕਾਰ ਦੇ ਜਿੰਨੇ ਵੀ ਅਸੀਂ ਮੁਲਾਜ਼ਮਾਂ ਇਸ ਮਹਿਕਮੇ ਦੇ ਉਹਨਾਂ ਨੂੰ ਇਨਸਾਫ਼ ਮਿਲ ਸਕੇ।